ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਧੀਆ ਫਾਰਮ ਯੂਟਿਊਬ ਚੈਨਲ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਚਾਟੀਵਿੰਡ, ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅੱਜ ਡੇਅਰੀ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਉਣੀ ਆ। ਵਿੱਚ ਤੁਹਾਨੂੰ 4 ਤੁਕੜਾ ਗੱਭਣਾ ਮੱਝਾਂ ਅਤੇ 2 ਤੁਕੜਾ ਗੱਭਣਾ ਗਾਵਾਂ ਤੁਹਾਨੂੰ ਦਿਖਾਉਣੀਆਂ, ਚੈੱਕ ਪਾਸ ਚੰਗੇ ਦੁੱਧ ਵਾਲੀਆਂ ਜਿਹੜੀਆਂ ਗਾਵਾਂ ਮੱਝਾਂ ਤੁਹਾਨੂੰ ਦਿਖਾਉਣੀਆਂ, ਇੱਕ ਆ ਨੀਲੀ ਪੂਰੀ ਮੱਝ ਤੁਹਾਨੂੰ ਦਿਖਾਉਣੀ ਹੈ, ਕਾਵਲੀ ਮੱਝ, ਅਤੇ ਬਾਕੀ ਵੀ ਪਸ਼ੂ ਆਪਾਂ ਦੇਖ ਸਕਦੇ, ਸਾਰੇ ਜਿਹੜੇ ਚੰਗੇ ਦੁੱਧ ਵਾਲੀਆਂ ਮੱਝਾਂ ਵਾ, ਜਿਹੜੀਆਂ ਚੰਗੇ ਕੱਦ ਕਾਠ, ਚੰਗੇ ਪਿੱਠ ਪੁੜੇ ਵਾਲੀਆਂ, ਅਤੇ 2 ਮੱਝਾਂ ਜਿਹੜੀਆਂ ਇੱਧਰੋਂ ਤੁਹਾਨੂੰ ਦਿਖਾਵਾਂਗੇ, ਅਤੇ ਆਹ ਗਾਵਾਂ ਵਾ ਜਿਹੜੀਆਂ ਇੱਧਰ, ਅਤੇ ਵਿੱਚੋਂ ਜਿਹੜੀਆਂ ਤੁਕੜਾ ਗੱਭਣਾ ਚੈੱਕ ਪਾਸ ਆ ਉਹ ਜਿਹੜੀਆਂ ਵਿਕਾਊਗਾ ਅੱਜ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ, ਹੋਰ ਸੁਣਾ ਠੀਕ ਠਾਕ ਜੀ? ਠੀਕ। ਅਤੇ ਡੇਅਰੀ ਦਾ ਕੰਮ ਫਿਰ ਆਪਣਾ? ਹਾਂਜੀ ਹਾਂਜੀ, ਡੇਅਰੀ ਦਾ। ਤੇ ਮੱਝਾਂ ਕਿਉਂ ਵਿੱਚੋਂ ਵੇਚ ਦੇਣੀਆਂ ਫਿਰ ਅੱਜ? ਹਾਂਜੀ, ਉਹ ਮੁੰਡਾ ਬਾਹਰ ਗਿਆ ਕਰਕੇ ਫਿਰ ਹੁਣ ਘੱਟ ਕਰ ਦੇਣੀਆਂ ਨੇ। ਅੱਛਾ, ਧੇਲੇ ਦੀ ਲੋੜ ਆ ਤੇ ਠੀਕ ਆ। ਹਾਂਜੀ, ਘਰ ਦੇ ਡੰਗਰ ਆ, ਬਹੁਤ ਦੁੱਧ ਵਾਲੇ ਵੀ ਬਹੁਤ ਚੰਗੇ। ਅੱਛਾ, ਅੰਮ੍ਰਿਤਸਰ ਤਰ੍ਹਾਂ ਸ਼ਹਿਰ ਜਿੱਥੇ ਡੇਅਰੀ ਦਾ ਕੰਮ ਆ, ਤੇ ਤੁਸੀਂ ਦੱਸਣ ਦੇ ਕਿ ਵੀਰ ਜੀ ਹੋਣੀ ਅਜੇ ਬਾਹਰ ਗਏ ਨੂੰ ਅਜੇ 5-6 ਦਿਨ ਹੀ ਹੋਏ ਆ। ਹਾਂਜੀ ਹਾਂਜੀ। ਤੇ ਫਿਰ ਸਾਰੇ ਵੀਰਾਂ ਨੂੰ ਪਤਾ ਹੀ ਆ ਵੀ ਜਦੋਂ ਫਿਰ ਘਰਾਂ 'ਚੋਂ ਇਸ ਤਰ੍ਹਾਂ ਕੋਈ ਵੀਰ ਕੋਈ ਬਾਹਰ ਗਿਆ ਹੋਵੇ ਤਾਂ ਪੈਸੇ ਧਿਲ ਜਾਂਦੇ, ਜਿਹੜਾ ਵਾ ਜ਼ਰੂਰਤ ਪੈ ਜਾਂਦੀ ਆ, ਅਤੇ ਉਹਦੇ ਕਰਕੇ ਜਿਹੜੀਆਂ ਕਹਿੰਦੇ ਸੀ ਕਿ ਵੇਚ ਦੇਣੀਆਂ ਵਾ। ਅਤੇ ਨਾਮ ਇੱਕ ਵਾਰੀ ਦੱਸ ਦਿਓ ਆਪਣਾ। ਨਾਮ ਕਸ਼ਮੀਰ ਸਿੰਘ ਜੀ। ਅਤੇ ਪਿੰਡ ਚਾਟੀਵਿੰਡ, ਅਤੇ ਤਹਿਸੀਲ ਅਤੇ ਜ਼ਿਲ੍ਹਾ ਅੰਮ੍ਰਿਤਸਰ ਹੈ ਨਾ? ਠੀਕ ਆ। ਅਤੇ ਠੀਕ ਆ, ਅਤੇ ਚਲੋ ਫਿਰ ਆਹੀ ਮੱਝ ਪਹਿਲਾਂ ਵਿਖਾ ਦਈਏ। ਕਿੰਨਾ ਕੁ ਦੁੱਧ ਇਹਦੇ ਤੋਂ ਚੋਇਆ ਤੁਸੀਂ? ਇਹਦੇ 18-20 ਲੀਟਰ ਵਾਲੀ ਮੈਂ ਬਹੁਤ ਜਿੰਨਾ ਪਾਈਏ ਉਹਨਾਂ ਹੀ ਜੀ। ਅੱਛਾ, ਬਹੁਤ ਚੰਗੀ ਮੈਂ 18-20 ਲੀਟਰ ਦੁੱਧ ਜਿਹੜਾ ਤੁਸੀਂ ਚੋਇਆ ਹੱਥੀਂ? ਚੋਇਆ ਹੀ ਆਪ ਚੋਇਆ। ਤੇ ਕਿੰਨੇ ਚਿਰ ਦੀ ਚੈੱਕ ਪਾਸ ਆ? ਇਹ 7 ਮਹੀਨਿਆਂ ਦੀ ਆ। ਤੇ ਦੁੱਧ ਕਿੰਨਾ? ਦੁੱਧ ਤੇ ਹੁਣ ਤੇ ਦੂਜਾ ਕਿਲੋ ਡੇਢੀ, ਇਹ ਦੋਵੇਂ 2 ਮਹੀਨੇ ਛੱਡਣੀ ਵਾਲੀਆਂ ਨੇ। ਅੱਛਾ, ਮਤਲਬ ਥਾਣੀ ਪਾਸ ਕਰਾਉਣਾ। ਚੋਣਾਂ ਕੇ ਬਾਅਦ ਛੱਡ ਦੇਣੀਆਂ। ਅੱਛਾ, ਫਿਰ ਛੱਡ ਦੇਣੀ ਆ। ਹਾਂਜੀ ਹਾਂਜੀ। ਠੀਕ ਆ, ਤੋਰ ਦਿਓ ਇੱਕ ਵਾਰੀ ਫਿਰ ਇਹਨੂੰ। ਬਾਕੀ ਪੂਰੇ ਵੱਡੇ ਬੋਡੀ ਸਟਰਕਚਰ ਦੀ ਮੱਝ ਆ, ਭਾਰੇ ਪੱਲੇ ਦੀ ਮੱਝ ਆ। ਬਾਕੀ ਇਹ ਡੇਅਰੀ ਦੀਆਂ ਮੱਝਾਂ ਆਪਾਂ ਦੇਖ ਸਕਦੇ, ਸਾਰੀਆਂ ਥੋੜੀਆਂ ਲਾਲ ਜੀਆਂ ਹੋਈਆਂ ਹੁੰਦੀਆਂ ਕਿਉਂਕਿ ਅੰਦਰ ਹੀ ਬੱਜੀਆਂ ਰਹਿੰਦੀਆਂ, ਇੱਥੇ ਬੱਜੀਆਂ ਰਹਿਣੀਆਂ, ਬਾਹਰ ਘੱਟ ਕੱਢਦੇ ਆ। ਹੁਣ ਆਹ ਮੱਝ ਬਾਹਰ ਕੱਢੀ, ਅੰਦਰ ਸਾਰੀਆਂ ਮੱਝਾਂ ਡਿੰਗਣ ਲੱਗ ਪਈਆਂ ਵਾ ਜਿਹੜੀਆਂ। ਚਲੋ ਲੈ ਆਓ ਜੀ। ਬਾਕੀ ਥਣਾਂ ਦਾ ਸਾਈਜ਼ ਗੈਪ ਵੀ ਚੰਗਾ ਹੈ, ਅਤੇ ਮਿਲਕ ਮੇਨ ਵੀ ਚੰਗੀ ਲੱਗੀ ਹੈ, ਚੰਗੀ ਸਾਂਭੀ ਸੁੰਭੀ ਮੱਝ ਆ। ਕੁਝ ਗਾਵਾਂ ਵੀ ਤੁਹਾਨੂੰ ਦਿਖਾਵਾਂਗੇ, ਅਤੇ 4 ਤੁਹਾਨੂੰ ਮੱਝਾਂ ਦਿਖਾਉਣੀਆਂ। ਹਾਂ, ਦੇਖ ਸਕਦੇ ਥਾਣੇ ਦੇ ਲਾਗੇ ਤੋਂ, ਅਤੇ ਮਿਲਕ ਮੇਨ ਵੀ ਚੰਗੀ ਲੱਗੀ ਆ। ਅਤੇ ਕਿੰਨਾ ਫਿਰ ਮੁੱਲ ਰੱਖਣਾ ਇਹਦਾ? ਮੁੱਲ ਤਾਂ ਉਤਰਾ ਲੈ ਪਵਾਏ ਸੀ 80-90 ਦੀ, 90 ਤੋਂ 80 ਤੱਕ ਕਰ ਦਿਆਂ ਦੇ ਦਿਆਂਗੇ ਜੀ। ਅੱਛਾ ਹਾਂਜੀ, ਉਹ ਤਰ੍ਹਾਂ ਦੇ ਲੱਖੋਂ ਬਾਹਰ ਮੈਂ ਬਹੁਤ ਚੰਗੀਆਂ ਅਸਰ ਵਾਲੀਆਂ ਨੇ ਆਉਣਾ। ਬਾਕੀ ਖੁੱਲ੍ਹਾ ਮਾਨ ਤਨ ਕਰ ਦੋਗੇ ਕਿ ਕੋਈ ਫੋਨ ਲਾਵੇ ਇੱਕ ਵਾਰੀ, ਬਸ ਫੋਨ ਕੋਈ ਜਿਹੜੇ ਕਿ ਇਹ ਵੀਰ ਨੂੰ ਪਸੰਦ ਆਉਂਦੀ ਹੈ ਫੋਨ ਕੋਈ ਲਾਵੇ, ਮਾਨ ਤਨ ਮੌਕੇ 'ਤੇ ਜਿਹੜਾ ਸਾਰੀਆਂ 'ਚ ਹੋਊਗਾ। ਅਤੇ ਹੁਣ ਇਹ ਤੋਂ ਬਾਅਦ ਕਿਹੜੀ ਵਿਖਾਉਣੀ ਆਪਾਂ? ਇੱਕ ਜਿਹੜੀ ਆਹ ਵਾਲੀ ਆ, ਇਹ ਕਿੰਨੇ ਚਿਰ ਦੀ ਚੈੱਕ ਪਾਸ 'ਚ? ਬਾਕੀ ਆਮ ਡੇਰੀਆਂ 'ਚ 15-16 ਲੀਟਰ ਤੋਂ ਥੱਲੇ, ਆਮ ਹੀ ਡੇਰੀਆਂ 'ਚ ਥੱਲੇ ਮੱਝ ਨਹੀਂ।
1,30,000 ਤੇ 30,000 ਦੀ ਕਹਿੰਦੇ ਕਿ ਅਸੀਂ ਆਪ ਉਦੋਂ ਲਿਆਂਦੀ ਸੀ ਜਦੋਂ ਇਹ ਸੱਜਰ ਲਿਆਂਦੀ ਸੀ। ਬਾਕੀ ਮੱਝਾਂ ਹੈ ਵੀ ਸਾਰੀਆਂ ਚੰਗੀਆਂ ਭਾਰੇ ਪੱਲੇ ਦੀਆਂ ਵਾ, ਲੈ ਆਓ। ਇਹ ਹੁਣ ਕਹਿੰਦੇ ਕਿ ਮਜਬੂਰੀ ਕਰਕੇ ਜਿਹੜੀਆਂ ਵੇਚਣੀਆਂ ਪੈਂਦੀਆਂ ਵਾ, ਕਿਉਂਕਿ ਪੈਸਿਆਂ ਦੀ ਕਹਿੰਦੇ ਕਿ ਜਿਹੜੀ ਜ਼ਰੂਰਤ ਆ। ਬਾਕੀ ਚੰਗੇ ਵੱਡੇ ਕੱਦ ਕਾਠ ਦੀ ਆ, ਚੰਗਾ ਬੋਡੀ ਸਟਰਕਚਰ ਆ ਇਹਦਾ ਵੀ। ਬਾਕੀ ਕੋਈ ਵੀਰ ਫੋਨ ਲਾਵੇ ਇੱਕ ਵਾਰੀ, ਸੌਦਾ ਤਾਂ ਆਪਣੇ ਫੋਨ 'ਤੇ ਮੌਕੇ 'ਤੇ ਹੋ ਹੀ ਜਾਂਦਾ ਵਾ, ਜਿਹੜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਫੋਨ ਇੱਕ ਵਾਰੀ ਲਾਵੇ। ਥਣਾਂ ਦਾ ਸਾਈਜ਼ ਗੈਪ ਇਹਦਾ ਵੀ ਚੰਗਾ ਵਾ, ਅਤੇ ਇਹਦਾ ਫਿਰ ਕੀ ਮੁੱਲ ਜੇ ਅੰਦਰ ਹੀ ਦੇ ਦਿਓ, ਕਿਉਂਕਿ ਕੋਈ ਫੋਨ ਲਾਵੇ ਇੱਕ ਵਾਰੀ, ਹੈ ਨਾ। ਠੀਕ ਆ, ਅਤੇ ਹੁਣ ਇੱਕ ਆਹ ਜਿਹੜੀ ਨੀਲੀ ਬੂਰੀ ਆ, ਇਹ ਛੱਡਤੀ ਆ ਦੁੱਧ, ਅੱਛਾ ਮਤਲਬ 8-8 ਮਹੀਨੇ ਪਾਰ ਕਰ ਗਈਆਂ ਵਾ। ਠੀਕ ਆ, ਤੇ ਆ ਪੂਰੀ ਨੇ ਕਿੰਨਾ, ਇਹ ਬਿਲਕੁਲ ਛੱਡੀਆਂ ਵਾ, ਤੇ ਪੂਰੀ ਨੇ ਕਿੰਨਾ ਕੁ ਚਵਾਇਆ ਦੁੱਧ? ਠੀਕ ਆ, ਤੋਰ ਦੋ ਫਿਰ ਇਹਨਾਂ ਵੀ ਇੱਕ ਵਾਰੀ। ਆਹ ਦੇ ਸਾਡੇ ਬਿੱਲੀਆਂ ਅੱਖਾਂ ਵਾਲੀ ਬੂਰੀ ਆ। ਬਾਕੀ ਸਾਰੀਆਂ ਮੱਝਾਂ ਜਿਹੜੀਆਂ ਰਾਜੀ ਆ, ਭਾਰੇ ਬੋਡੀ ਸਟਰਕਚਰ ਦੀਆਂ ਵਾ। ਬਾਕੀ ਕੋਈ ਵੀਰ ਆਣ ਕੇ ਇੱਥੇ ਵੇਖੇ, ਪਸੰਦ ਕਰੇ, ਜੇ ਹੋਰ ਵੀ ਕੋਈ ਪਸੰਦ ਆਉਂਦੀ, ਉਹਨਾਂ 'ਚੋਂ ਕੋਈ ਪਸੰਦ ਆਉਂਦੀ ਉਹ ਵੀ ਕੋਈ ਵੇਖ ਕੇ ਲੈ ਜੇ। ਬਾਕੀ ਅੱਜ ਜਿਹੜੀਆਂ ਗੱਭਣਾਂ ਪਾਈਆਂ ਵਾ, ਜਿਹੜੀਆਂ 4 ਗੱਭਣਾਂ ਚੈੱਕ ਪਾਸ ਆ, ਉਹ ਵਾਲੀਆਂ ਪਾਈਆਂ ਵਾ ਕਿ ਜਿਨ੍ਹਾਂ ਦੇ ਕਹਿੰਦੇ ਕਿ 4 ਪੈਸੇ ਨਾਲ ਜਿਹੜੇ ਜੁੜ ਜਾਣਗੇ। ਇੱਕਦਮ ਕਹਿੰਦੇ ਸੀ ਕਿ ਪੈਸਿਆਂ ਦੀ ਜਿਹੜੀ ਜ਼ਰੂਰਤ ਹੋਣ ਕਰਕੇ ਜਿਹੜੀਆਂ ਵੇਚਣੀਆਂ ਪੈਂਦੀਆਂ। ਆ ਜਾਓ ਲੈ ਆਓ। ਬਾਕੀ ਮਿਲਕ ਮੈਨ ਇਹਦੇ ਵੀ ਚੰਗੀ ਲੱਗੀ ਆ, ਤੇ ਇਹਦਾ ਮੁੱਲ ਫਿਰ ਇਹਦਾ ਥੋੜਾ ਜਿਹਾ ਘੱਟ ਕਰ ਲਾਂਗੇ ਵੀ। ਕਿੰਨਾ ਕਰ ਦੋਗੇ ਇਹਦਾ? ਚਲੋ 2-4 ਹਜ਼ਾਰ ਦਾ ਹੋ ਜੂਗਾ ਪੱਤ ਸਾਡਾ। ਅੱਛਾ, 80 ਜਾਂ ਮਤਲਬ ਕੋਈ 4-5 ਹਜ਼ਾਰ ਛੱਡ ਦੋਗੇ? ਕੋਈ ਫੋਨ ਲਾਵੇ ਇੱਕ ਵਾਰੀ, ਉਹ ਤਾਂ ਬਾਕੀ ਸੌਦੇ ਦੇ ਆਪੇ ਮੌਕੇ ਤੇ ਹੋ ਜਾਣਗੇ। ਤੇ ਆਹ ਜਿਹੜੀ ਮੱਝ ਆ, ਇਹ ਮੱਝ ਵੇਖਣ ਨੂੰ ਵੀ ਜਾਂਦੀ ਨਿੱਕੀ ਜੀ। ਅੱਛਾ, ਇਹ ਗੁਣ ਬੜੇ ਆ। ਅੱਛਾ, ਇਹ 20 ਲੀਟਰ ਦੁੱਧ ਮੈਂ ਆਪ ਚੋਇਆ ਵੀ 20 ਉੱਤੇ ਤਾਂ ਹੀ। ਅੱਛਾ, 20 ਲੀਟਰ ਦੁੱਧ ਵੀ ਪਾ ਲਾ ਆਪ ਕਰਕੇ ਆਪੇ ਫੋਨ ਕਰੂਗਾ ਵੀ ਠੀਕ ਹੈ। ਅੱਛਾ, ਤੋਰੋ ਹਾਂ ਫਿਰ ਇੱਕ ਵਾਰੀ ਇਹਨੂੰ। ਬਾਕੀ ਹਵਾਨਾ ਇਹਦੇ ਥੱਲੇ ਵੀ ਜਿਹੜਾ ਝਾਲਰ ਚੰਗੀ ਲੱਗੀ ਆ, ਇਹ ਵੀ 8 ਮਹੀਨਿਆਂ ਤੋਂ ਬਾਹਰ ਹੀ ਗੱਭਣੇ ਆ ਜਿਹੜੀ। ਮੱਝਾਂ ਸਾਰੀਆਂ ਪੂਰੀਆਂ ਭਾਰੀਆਂ ਵਾ। ਹਾਂ ਦੇਖ ਸਕਦੇ ਪੂਰੀਆਂ ਨਿੱਗਰ ਮੱਝਾਂ ਵਾ। 20 ਲੀਟਰ ਦੁੱਧ ਜਿਹੜਾ ਕਹਿੰਦੇ ਕਿ ਇਹਦੇ ਕੋਲੋਂ ਚੋਇਆ ਸੀ ਹੱਥੀਂ ਆਪ। ਬਾਕੀ ਜਿਹੜੀਆਂ ਕੋਈ ਗੱਲਾਂ ਹੋ ਨਾ ਵੀਡੀਓ 'ਤੇ ਪੁੱਛੀਆਂ ਜਾਣ, ਤੁਸੀਂ ਫੋਨ ਕਰਕੇ ਪੁੱਛ ਸਕਦੇ ਜੀ, ਕਿਉਂਕਿ ਸਾਰੇ ਸੂਬੇ ਜਿਹੜੇ ਵੇਚਣ ਵਾਲੇ ਘਰੇ 'ਚੋਂ ਵੀ। ਹਾਂਜੀ, ਆ ਜਾਓ ਲੈ ਆਓ। ਇਹਨਾਂ ਸਾਰੀਆਂ ਦਾ ਸੂਬਾ ਸੂਬਾ ਜਿਹੜਾ ਘਰੇ 'ਚ ਹੋਇਆ ਵਾ। ਇਹ ਤਾਂ 2 ਸੂਬੇ ਜਿਹੜੇ ਕਹਿੰਦੇ ਕਿ ਘਰੇ 'ਚ ਹੋਏ ਆ। ਉਹ ਕਹਿੰਦੇ ਕਿ ਮਾਰੀ ਦੇ ਜਿਹੜੇ ਮਜਬੂਰੀ ਕਰਕੇ ਵੇਚਣੀਆਂ ਪੈਂਦੀਆਂ। ਬਾਕੀ ਸਿੰਘ ਜਿਹੜੀਆਂ ਇਕੱਠੀਆਂ ਵੱਜੀਆਂ ਹੁੰਦੀਆਂ ਵਾ, ਅੜਾ ਅੜੂ ਲੈਂਦੀਆਂ ਵਾ, ਤਾਂ ਕਰਕੇ ਟੁੱਟ ਜਾਂਦੀ। ਤੇ ਬਾਕੀ
ਸਾਂਭੀਆਂ ਚੰਗੀਆਂ ਪੈਂਦੀ ਨੇਰੀ ਤੂੜੀ ਆਪਾਂ ਦੇਖ ਸਕਦੇ ਹਾਂ ਬੋਰੇ ਖੁੱਲੇ ਚ ਨੇਰੀ ਤੂੜੀ ਜਿਹੜੀ ਪਈ ਹੁੰਦੀ ਆ ਆਮ ਹੀ ਡੇਰੀਆਂ ਤੁਸੀਂ ਵੇਖੋ ਕਿ ਤੂੜੀ ਪਈ ਹੁੰਦੀ ਆ ਪਰ ਮੱਝਾਂ ਜਿਹੜੀਆਂ ਪੂਰੀਆਂ ਰਾਜੀ ਹੁੰਦੀਆਂ ਵਾ ਤੇ ਕਿੰਨਾ ਫਿਰ ਇਹਦਾ ਮੁੱਲ ਇਹ ਮੁੱਲ ਤੇ ਵੀ ਆਖੇ ਹੁਣ ਜੀਵੇ ਕਰਦਾ ਲੱਖੋ ਬਾਹਰ ਹੀ ਮੰਗੀਏ ਪਰ ਇਹ ਚੱਲੇ ਵੀ 80-90 ਦੇ ਅੰਦਰ ਮਤਲਬ ਕਿ ਪੂਰੀ ਤੇ ਬਰਾਬਰ ਹੀ ਦੇ ਦੋਗੇ ਕਿ ਕੋਈ ਦੇ ਦੋਗੇ 75 ਦੇ ਲਾਗੇ ਪੰਨੇ ਬਾਕੀ ਚਲੋ ਕੋਈ ਫੋਨ ਲਾਵੇ ਆਪੇ ਮੌਕੇ ਤੇ ਹੋ ਜੂਗਾ ਮੰਨਦਾ ਨਾ ਠੀਕ ਆ ਕਿਉਂਕਿ ਤੁਸੀਂ ਵੀ ਵੇਚਣ ਲਈ ਪਾਉਂਦੇ ਜੇ ਕੋਈ ਮੱਝਾਂ ਦੇ ਹਿਸਾਬ ਨਾਲ ਕੋਈ ਮੁੱਲ ਲਾਵੇ ਤੇ ਤੁਸੀਂ ਵੀ ਉਸ ਹਿਸਾਬ ਨਾਲ ਦੇ ਦੋਗੇ ਠੀਕ ਆ ਤੇ ਗਾਵਾਂ ਕਿਹੜੀਆਂ ਚ ਦੋ ਇੱਕ ਜਿਹੜੀ ਆਹ ਵਾਲੀ ਗਾਂ ਤੁਹਾਨੂੰ ਜਰਸੀ ਦਿਖਾਉਣੀ ਆ ਇਹ ਕਿੰਨੇ ਚਿਰ ਦੀ ਗੱਭਣ ਜੇ ਅੱਛਾ ਪੰਜਾਬ ਵਾਲੀ ਜਰਸੀ ਆ ਚੰਗੇ ਕੱਦ ਕਾਠ ਵਾਲੀ ਆ ਇਹਦਾ ਕਿੰਨਾ ਕੁ ਦੁੱਧ ਚ ਹੋਇਆ ਤੁਸੀਂ ਸੱਜਰ ਦਾ ਠੀਕ ਆ ਕਿੰਨੇ ਚਿਰ ਦੀ ਚੱਕ ਪਾਸ ਤੇ ਦੁੱਧ ਦਿੰਦੀ ਆ ਕਿ ਨਹੀਂ ਦੁੱਧ ਹੋਰ ਕਿਹੜੀ ਗਾਂ ਦਿਖਾਉਣੀ ਆਪਾਂ ਦੇਖ ਸਕਦੇ ਹੈਗੇ ਵੀ ਠੰਡੀ ਧੀਰੀ ਆ ਜਿਹੜੀ ਗੱਲ ਵਾਲੀ ਨੀ ਇਹੋ ਜਿਹੀ ਨੀ ਗੀ ਠੀਕ ਹੈ ਇਹਨੇ ਕਿੰਨਾ ਕੁ ਚਵਾਇਆ ਦੁੱਧ ਲੈ ਜਾ ਫਿਰ ਇਹ ਦਿੰਦੀ ਦੁੱਧ ਕਿ ਨਹੀਂ ਠੀਕ ਆ ਇਹ ਕਿੰਨੇ ਚਿਰ ਦੀ ਗੱਭਣ ਆ ਠੀਕ ਆ ਤੇ ਇਹਦਾ ਮੁੱਲ ਠੀਕ ਚਲੋ ਫੋਨ ਲਾਵੇ ਕੋਈ ਇੱਕ ਵਾਰੀ ਹਨਾ ਉਹਦੇ ਆਪੇ ਮਾਨ ਤਨ ਮੌਕੇ ਤੇ ਹੋ ਜਾਊਗੇ ਠੀਕ ਆ ਬਸ ਵਿਖਾਤੀਆਂ ਜਿਹੜੀਆਂ ਕਿ ਹੋਰ ਵਿਖਾਉਣ ਵਾਲੀ ਰਹਿ ਗਈ ਠੀਕ ਹੈ ਇਹੀ 6 ਡੰਗਰ ਆ ਜਿਹੜੇ ਵਿਖਾਉਣੇ ਆ ਬਾਕੀ ਆਪਣੀ ਕੋਈ ਤਸੱਲੀ ਕਰਕੇ ਆਪਣਾ ਵੇਖ ਕੇ ਖੜੋ ਤੇ ਬਾਕੀ ਜਿਹੜੇ ਕਿਸੇ ਵੀਰ ਦੇ ਪਸੰਦ ਆਉਂਦੀ ਆ ਫੋਨ ਇੱਕ ਵਾਰੀ ਲਾਵੇ ਜ਼ਰੂਰ ਮਾਨ ਤਨ ਮੌਕੇ ਤੇ ਸਾਰੀਆਂ 'ਚ ਹੋਣਗੇ ਤੇ ਆਪਣੀਆਂ ਥਾਣਾਂ 'ਚ ਪਾਸ ਕਰਕੇ ਵੇਖ ਕੇ ਆਪਣੀ ਅੱਖੀਂ ਵੇਖ ਚਾਖ ਕੇ ਖੜੋ ਜੀ ਹਾਂਜੀ ਦੋਸਤੋ ਵੀਡੀਓ ਨੂੰ ਪੂਰਾ ਦੇਖਣ ਲਈ ਬਹੁਤ ਬਹੁਤ ਧੰਨਵਾਦ ਜੀ।